ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇ ਪੀ ਜੀ ਇੱਥੋਂ ਦੇ ਉਮੀਦਵਾਰ। ਬਾਕੀ ਸੀਟਾਂ ਦਾ ਵੀ ਮੈਂ ਅਨਾਊਂਸਮੈਂਟ ਕਰਨ ਲੱਗਿਆ, ਕੋਈ ਤੁਸੀਂ ਸਾਰੇ ਇਕੱਠੇ ਹੀ ਹੋਏ ਹਾਂ। ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ ਅਤੇ ਹੁਸ਼ਿਆਰਪੁਰ ਤੋਂ ਸਰ ਸੋਹਣ ਸਿੰਘ ਠੰਡਲ ਸਾਹਿਬ ਹੋਣਗੇ। ਫਿਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੌਬੀ ਮਾਨ ਹੋਣਗੇ ਅਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ, ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਹੈ, ਉਹ ਸਾਡੇ ਚੰਡੀਗੜ੍ਹ 'ਤੇ ਹੋਣਗੇ। ਇੱਕ ਬਠਿੰਡੇ ਦਾ ਰਹਿ ਗਿਆ, ਕਰ ਦਿਓ ਜੀ, ਉੱਥੋਂ ਗੈਸ ਕਰੋ ਕੌਣ। ਆਈ ਪੀ ਸਿੰਘ 'ਤੇ ਛੱਡ ਦਿੰਦੇ ਹਾਂ, ਆਈ ਪੀ ਦੱਸ ਜੀ ਨੂੰ ਚਾਹੁੰਦਾ, ਨੂੰ ਅਧਿਕਾਰ ਦੇ ਦਿੱਤੇ ਤੈਨੂੰ। ਕੁਐਸਚਨ ਤਾਂ ਤੂੰ ਵੀ ਮਨ ਕਰਦਾ ਹੋਣਾ। ਐਸ ਲੌਂਗ ਐਸ ਇਟਸ ਨਾਟ ਅਨਾਊਂਸਡ, ਗੈਸ ਤਾਂ ਕਰਨਾ ਹੀ ਪੈਣਾ। ਸੋ ਬਠਿੰਡੇ ਤੋਂ ਵੀ ਬਾ ਹਰਸਿਮਰਤ ਕੌਰ ਬਾਦਲ ਲੀਡਰ ਹੁੰਦੇ ਆ, ਕਈ ਅੱਜ ਕੱਲ੍ਹ ਲੀਡਰ ਰਾਤੋ ਰਾਤ ਬਣਨਾ ਚਾਹੁੰਦੇ ਆ। ਹਾਲਾਤ ਹੀ ਤੁਸੀਂ ਦੇਖ ਲਿਆ ਝਾੜੂ ਵਾਲਿਆਂ ਦਾ, ਜਿੰਨੇ ਝਾੜੂ ਵਾਲਿਆਂ ਦੇ ਐਮ ਐਲ ਏ ਆ ਅਤੇ ਮੁੱਖ ਮੰਤਰੀ ਆ, ਰਾਤੋ ਰਾਤ ਬਣਨ ਵਾਲੇ ਆ। ਦਾ ਲੱਗ ਗਿਆ, ਬਣ ਗਏ ਅਤੇ ਅੱਜ ਸਾਰਿਆਂ ਨੂੰ ਠੱਗੀ ਮਾਰ ਲਈ ਉਹਨਾਂ ਨੇ। ਕ੍ਰੈਡੀਬਿਲਟੀ ਉਸ ਲੀਡਰ ਦੀ ਹੁੰਦੀ ਆ ਜਿਹਨੂੰ ਤੁਸੀਂ 15-20 ਸਾਲ 25 ਸਾਲ ਦੇਖਿਆ ਹੋਏ, ਉਹਦਾ ਕੰਮ ਦੇਖਿਆ ਹੋਏ, ਉਹਦੀ ਕੰਮ ਕਰਨ ਦਾ ਤਰੀਕਾ ਜਾਣਦੇ ਹੋਣ, ਕਿਵੇਂ ਲੋਕਾਂ ਨਾਲ ਡੀਲ ਕਰਨਾ ਸਾਰਾ ਹੋਣੇ। ਸੋ ਕੇ ਪੀ ਸਾਹਿਬ ਇਹ ਜਿਹੇ ਇਨਸਾਨ ਹੈ ਜਿਹੜੇ ਤੁਹਾਡੇ ਮਤਲਬ ਦਾ ਦੁਆਬੇ ਦੇ ਘਰ ਘਰ ਵਿੱਚ ਵਸੇ। ਅੱਜ ਜੋ ਹਾਲਾਤ ਪੰਜਾਬ ਦੇ ਹੈ, ਇੱਕ ਪਾਸੇ ਆ ਜਿਹੜੀ ਜੰਗ ਹੈ ਪਾਰਲੀਮੈਂਟ ਦੀ, ਇੱਕ ਪਾਸੇ ਪੰਜਾਬ ਹੈ, ਪੰਜਾਬੀ ਲੋਕ ਆ ਉਸੇ ਪਾਸੇ, ਕਿਸਾਨ ਗਰੀਬ ਮਜ਼ਦੂਰ ਵਪਾਰੀ ਹੈ। ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਧਾੜਵੀ ਬਣ ਕੇ, ਅਤੇ ਜਿਵੇਂ ਅੰਗਰੇਜ਼ ਈਸਟ ਇੰਡੀਆ ਕੰਪਨੀ ਵਾਂਗੂ ਆਪਣੇ ਦੇਸ਼ 'ਚ ਆਏ ਸੀ, ਇੱਥੋਂ ਦਾ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਸੀ, ਉਹੀ ਪਾਰਟੀਆਂ ਨੈਸ਼ਨਲ ਪਾਰਟੀਆਂ ਇੱਥੇ ਇੱਥੇ ਕਬਜ਼ਾ ਕਰਨ ਵਾਸਤੇ ਆਉਂਦੀਆਂ, ਦਿਲ ਪੰਜਾਬੀਆਂ ਦਾ ਦਿਲ ਜਿੱਤਣ ਵਾਸਤੇ ਨਹੀਂ ਆਉਂਦੀਆਂ। ਤੁਸੀਂ ਇਤਿਹਾਸ ਗਵਾਹ, ਪੰਜਾਬ ਦਾ ਇਤਿਹਾਸ ਗਵਾਹ। ਜਦੋਂ ਜਦੋਂ ਕਾਂਗਰਸ ਦਾ ਰਾਜ ਇੱਥੇ ਆਇਆ ਨੈਸ਼ਨਲ ਪਾਰਟੀ ਦਾ, ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ। ਉਹ ਤਾਂ ਇਕੱਲੇ ਇੱਥੇ ਆਉਂਦੇ ਸੀ, ਲੁੱਟ ਕੇ ਚਲੇ ਜਾਂਦੇ ਸੀ। ਜੇ ਜਦੋਂ ਜਦੋਂ ਤੁਹਾਡੀ ਪਾਰਟੀ ਖੇਤਰੀ ਪਾਰਟੀ ਦਾ ਰਾਜ ਇੱਥੇ ਆਇਆ, ਤੁਸੀਂ ਪੰਜਾਬ ਦੀ ਜਨਤਾ ਨੇ ਲਿਆਂਦਾ, ਉਸੇ ਟਾਈਮ ਕਿਸਾਨਾਂ ਨੂੰ ਸਹੂਲਤਾਂ, ਟਿਊਬਵੈੱਲ ਕਨੈਕਸ਼ਨ, ਕਿਸਾਨਾਂ ਵਾਸਤੇ ਮੁਫਤ ਬਿਜਲੀ, ਉਹਨਾਂ ਵਾਸਤੇ ਮੰਡੀਆਂ, ਪੱਕੇ ਖਾਲੇ, ਅੰਡਰਗਰਾਊਂਡ ਪਾਈਪ ਸਿਸਟਮ, ਉਹਨਾਂ ਵਾਸਤੇ ਨਹਿਰਾਂ ਕੱਸੀਆਂ ਕੱਢੀਆਂ ਗਈਆਂ, ਗਰੀਬ ਵਾਸਤੇ ਆਟਾ ਦਾਲ, ਸ਼ਗਨ, ਪੈਨਸ਼ਨ, SC ਬੱਚਾ ਸਕਾਲਰਸ਼ਿਪ, ਸਾਈਕਲ, ਆਮ ਜਨਤਾ ਵਾਸਤੇ ਸੇਵਾ ਕੇਂਦਰ, ਕਾਨੂੰਨ ਰਿਫੋਰਮਸ ਡਿਪਾਰਟਮੈਂਟ ਬਣਾ ਕੇ ਪੁਰਾਣੇ ਕਾਨੂੰਨ ਸਾਰੇ ਚੇਂਜ ਕੀਤੇ, 200 ਯੂਨਿਟ ਬਿਜਲੀ ਦੇ ਮੁਫਤ ਦਿੱਤੇ ਸ਼ਹਿਰਾਂ 'ਚ। ਦੇਖੋ ਤੁਸੀਂ ਜਲੰਧਰ ਸ਼ਹਿਰ ਹੀ ਦੇਖ ਲਓ, ਇੱਥੇ ਜੋ ਕੁਛ ਬਣਿਆ, ਭਾਵੇਂ ਫਲਾਈਓਵਰ ਹੈ, ਭਾਵੇਂ ਸੜਕ ਹੈ, ਭਾਵੇਂ ਸੀਵਰੇਜ ਹੈ, ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਆਹ ਇਗਜ਼ਾਮਪਲ ਤੁਸੀਂ ਅੰਬਾਲੇ, ਆਪਣੇ ਅੰਮ੍ਰਿਤਸਰ ਵੀ ਜਾ ਕੇ ਦੇਖ ਲਓ, ਜਲੰਧਰ ਵੀ ਦੇਖ ਲਓ, ਅਤੇ ਛੋਟੀਆਂ ਮੰਡੀਆਂ ਵੀ ਦੇਖ ਲਓ, ਇੱਥੋਂ ਸੜਕਾਂ ਦਾ ਜਾਲ ਦੇਖੋ। ਜੇ ਅਸੀਂ ਜਿੰਨਾ ਸਮਾਂ ਮਿਲਦਾ ਸਾਨੂੰ ਅਸੀਂ ਕੰਮ ਕਰਦੇ ਹਾਂ, ਆਹ ਨੈਸ਼ਨਲ ਪਾਰਟੀਆਂ ਕਿਉਂ ਨਹੀਂ ਕਰਦੀਆਂ? ਕਿਉਂਕਿ ਨੈਸ਼ਨਲ ਪਾਰਟੀਆਂ ਦੀ ਸੋਚ ਨੰਬਰਾਂ 'ਤੇ ਹੈ, ਉਹਨਾਂ ਸਾਰਿਆਂ ਦਾ ਜ਼ੋਰ ਨੈਸ਼ਨਲ ਪਾਰਟੀ ਦਾ
ਯੂਪੀ ਬਿਹਾਰ ਤੇ ਲੱਗਿਆ ਹੁੰਦਾ ਕਿਉਂ? ਯੂਪੀ ਤੋਂ 80 MP ਆਉਂਦੇ ਆ, ਬਿਹਾਰ ਤੋਂ 45 ਆਉਂਦੇ ਆ, ਉਹ 10-12 MP ਪਕੜ ਤਾਂ ਜਾਂਦੇ ਹੀ ਨਹੀਂ, ਉਹਨੂੰ ਪਤਾ ਹੀ ਸਾਰਾ ਕੁਛ ਹੀ ਉੱਥੇ। ਅਤੇ ਜਿਹੜੀ ਵੱਡੀ ਗੱਲ ਹੈ, ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ, 103 ਸਾਲ ਪੁਰਾਣੀ ਪਾਰਟੀ ਹੈ, ਇਹਦੀ ਸੋਚ ਕਿ ਸਾਡੇ ਅਕਾਲੀ ਦਲ ਦੀ ਸੋਚ ਹੈ ਕਿ ਪੰਜਾਬ ਤਰੱਕੀ ਜਾਏ, ਪੰਜਾਬੀ ਇਕੱਠੇ ਰਹਿਣ, ਇੱਥੇ ਅਮਨ ਸ਼ਾਂਤੀ ਹੋਏ, ਇੱਥੇ ਭਾਈਚਾਰਕ ਸਾਂਝ ਹੋਏ, ਇੱਥੇ ਇੱਥੇ ਭਾਈਚਾਰਕ ਸਾਂਝ ਹੋਏ, ਇੱਥੇ ਖਾਲਸਾ ਪੰਥ ਤਕੜਾ ਹੋਏ। ਆਹ ਅਕਾਲੀ ਦਲ ਦੀ ਸੋਚ ਹੈ। ਤੁਸੀਂ ਹੈਰਾਨ ਰਹਿ ਜਾਓਗੇ, ਆਹ ਜਿੰਨੀਆਂ ਦਿੱਲੀ ਦੀ ਪਾਰਟੀਆਂ ਦੇਖੋ, ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਂਦੀਆਂ। ਪੰਜਾਬ ਵਿੱਚ ਅਸੀਂ ਕਿਤੇ ਨਹੀਂ ਹੋਣ ਦਿੱਤਾ। ਤੁਸੀਂ ਦੇਖਦੇ ਆ, ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ, ਜਿੰਨੇ ਸਾਲ ਰਹਿੰਦੇ ਸੀ, ਹਿੰਦੂ ਪਰਿਵਾਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਕ੍ਰਿਸਚਨ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਮੁਸਲਿਮ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਅਤੇ ਸਿੱਖ ਭਰਾਵਾਂ ਦੇ ਸੋਚਣਾ ਹੀ ਸੀ। ਸਾਡੀ ਸੋਚ ਹੈ ਕਿ ਸਾਰੇ ਇਕੱਠੇ ਰਹਿਣ, ਅਸੀਂ ਇਕੱਠੇ ਪੰਜਾਬ ਬਣਾਇਆ। ਇਸ ਕਰਕੇ ਜੋ ਨੀਤੀਆਂ 'ਤੇ ਅੱਜ BJP ਚੱਲ ਰਹੀ ਹੈ, ਇਕੱਲੇ ਇੱਕ ਧਰਮ ਨੂੰ ਲੈ ਕੇ ਦੂਜੇ ਧਰਮ ਨੂੰ ਲੜਾਉਣਾ, ਆਹ ਗੱਲਾਂ ਸਹੀ ਨਹੀਂ ਆ। ਆਹ ਦੇਸ਼ ਜਿਹੜਾ ਹੈਗਾ, ਆਹ ਦੇਸ਼ ਜਿਹੜਾ ਆਪਣਾ ਦੇਸ਼ ਹੈ, ਆਹ ਸਾਰਿਆਂ ਦਾ ਹੈ। ਭਾਵੇਂ ਇੱਕ ਬੰਦਾ ਵੀ ਹੈ, ਉਹਦਾ ਵੀ ਉਨਾ ਹੀ ਰਾਈਟ ਹੈ ਇਸ ਦੇਸ਼ ਦੇ, ਭਾਵੇਂ ਜਿਹੜੇ 100 ਬੰਦੇ ਉਹਨਾਂ ਦਾ ਰਾਈਟ ਹੈ। ਇਸ ਕਰਕੇ ਜਿਵੇਂ ਪੰਜਾਬ ਵਿੱਚ ਇੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਭਰਾ ਸਮਝ ਕੇ ਰਹਿੰਦੇ ਹੈ, ਆਪਣਾ ਦੇਸ਼ ਤਾਂ ਬਚੂਗਾ ਜੇ ਦੇਸ਼ ਵਿੱਚ ਵੀ ਕੋਈ ਵੀ ਨੈਸ਼ਨਲ ਪਾਰਟੀ ਆਏ, ਨਿਸ਼ਾਨਾ ਰੱਖੇ ਕਿ ਆਹ ਦੇਸ਼ ਸਾਰਿਆਂ ਦਾ ਹੈ। ਇੱਥੇ ਵੀ ਜਿਵੇਂ ਪੰਜਾਬ ਵਾਂਗੂ ਭਾਵਾਂ ਮੰਨਦੇ ਰਹਿੰਦੇ ਹੈ, ਨੈਸ਼ਨਲ ਪਾਰਟੀ ਕੋਈ ਵੀ ਹੋਏ, ਉਹਨਾਂ ਨੂੰ ਵੀ ਇੱਕੋ ਏਜੰਡਾ ਚਾਹੀਦਾ ਹੈ ਕਿ ਦੇਸ਼ ਸਾਰਿਆਂ ਦਾ, ਸਾਰੇ ਭਰਾਵਾਂ ਵਾਂਗੂ ਰਹਿਣ। ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਅੱਜ ਮਹਿੰਦਰ ਸਿੰਘ KP ਜੀ, ਜਿਹੜੇ ਬਹੁਤ ਪੁਰਾਣੇ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇਖੀ ਹੈ, ਹਰ ਪੌੜੀ ਦੇਖੀ ਹੈ ਆਪਣੇ ਲੋਕਾਂ ਦੀ, ਹਰ ਦੁੱਖ ਸੁੱਖ ਦੇ ਸਾਥੀ ਰਹੇ ਹੈ, ਅਤੇ ਸਾਨੂੰ ਦੁਆਬੇ ਵਿੱਚ ਇੱਕ ਬਹੁਤ ਵੱਡਾ ਬੂਸਟ ਮਿਲਿਆ, ਅਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ ਆ। ਮੈਂ ਉਹਨਾਂ ਨੂੰ ਜੀਆਂ ਹੀ ਕਹਿੰਦਾ, ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਜੀਆਂ ਹੀ ਕਹਿੰਦਾ, ਅਤੇ ਵਿਸ਼ਵਾਸ ਦਿਉਂਦੇ ਹਾਂ ਕਿ ਤੁਹਾਡੇ ਨਵੇਂ ਪਰਿਵਾਰ ਵਿੱਚ ਤੁਹਾਨੂੰ ਜਮ੍ਹਾਂ ਭਰਾਵਾਂ ਵਾਂਗੂ, ਪਰਿਵਾਰ ਵਾਂਗੂ ਤੁਸੀਂ ਸਾਡੇ ਮੈਂਬਰ ਰਹੋਗੇ, ਤੁਹਾਡੇ ਸਾਥੀ ਵੀ ਮੈਂਬਰ ਰਹਿਣਗੇ। ਅਸੀਂ ਟੀਮ ਵਰਕ ਕਰਕੇ, ਨਿਸ਼ਾਨਾ ਸਾਰਿਆਂ ਦਾ ਇੱਕੋ ਇੱਕ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ, ਖੇਤਰੀ ਪਾਰਟੀ ਤਕੜੀ ਹੋਏ, ਤਾਂ ਹੀ ਪੰਜਾਬ ਬਚੂਗਾ, ਤਾਂ ਹੀ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿੱਚ ਗੁੰਜੂਗੀ। ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਆਵਾਜ਼ ਨਹੀਂ ਕਰ ਸਕਦੇ, ਉਹ ਤਾਂ ਦੇਖਦੇ ਹੈ ਕਿ ਕਿਹੜੀ ਚੀਜ਼ ਨੈਸ਼ਨਲ ਲੈਵਲ 'ਤੇ ਸੂਟ ਕਰਦੀ ਹੈ, ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ, ਫਿਰ ਨਹੀਂ ਉਹ ਬੋਲਦੇ। ਅਤੇ ਅਕਾਲੀ ਦਲ ਤਾਂ ਇਕੱਲਾ, ਕੁਛ ਵੀ ਪੰਜਾਬ 'ਚ ਹੋ ਜੇ ਅਤੇ ਅਕਾਲੀ ਦਲ ਆਵਾਜ਼ ਉਠਾਉਂਦਾ। ਅਤੇ ਅੱਜ ਮੈਂ ਆਹ ਵੀ ਅਨਾਊਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰ ਮਹਿੰਦਰ ਸਿੰਘ KP ਜੀ ਇੱਥੋਂ ਦੇ ਉਮੀਦਵਾਰ ਹੋਣਗੇ। ਬਾਕੀ ਸੀਟਾਂ ਦਾ ਵੀ ਮੈਂ ਅਨਾਊਂਸਮੈਂਟ ਕਰਨ ਲੱਗਿਆ, ਕਿਉਂਕਿ ਤੁਸੀਂ ਸਾਰੇ ਇਕੱਠੇ ਹੀ ਹੋਏ ਹਾਂ। ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ, ਅਤੇ ਹੁਸ਼ਿਆਰਪੁਰ ਤੋਂ ਸਰ ਸੋਹਣ ਸਿੰਘ ਠੰਡਲ ਸਾਹਿਬ ਹੋਣਗੇ, ਫਿਰੋਜ਼ਪੁਰ ਤੋਂ ਸਰ
ਨਰਦੇਵ ਸਿੰਘ ਬੌਬੀ ਮਾਨ ਹੋਣਗੇ ਅਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਹੈ ਉਹ ਸਾਡੇ ਚੰਡੀਗੜ੍ਹ 'ਤੇ ਹੋਣਗੇ। ਇੱਕ ਬਠਿੰਡੇ ਦਾ ਰਹਿ ਗਿਆ ਕਰ ਦਿਓ ਜੀ, ਉੱਥੋਂ ਗੈਸ ਕਰੋ ਕੌਣ। ਆਈ ਪੀ ਸਿੰਘ 'ਤੇ ਛੱਡ ਦਿੰਦੇ ਹਾਂ, ਆਈ ਪੀ ਦਾਸ ਜੀ ਨੂੰ ਚਾਹੁੰਦਾ ਨੂੰ ਅਧਿਕਾਰ ਦੇ ਦਿੱਤੇ ਤੈਨੂੰ। ਕੁਐਸਚਨ ਤਾਂ ਤੂੰ ਹੀ ਮਨ ਕਰਦਾ ਹੋਣਾ। ਐਸ ਲੌਂਗ ਐਸ ਇਟਸ ਨਾਟ ਅਨਾਉਂਸਡ ਗੈਸ ਤਾਂ ਕਹਿੰਦੇ ਪੈਣਾ। ਸੋ ਬਠਿੰਡੇ ਤੋਂ ਵੀ ਹਰਸਿਮਰਤ ਕੌਰ ਬਾਦਲ।